ਰਚਪਾਲ ਕੋਰ ਗਿੱਲ ਦੀ ਕਹਾਣੀ ਇਨਸਾਫ ਸਿਆਲ ਦੀ ਠੰਡੀ ਠੰਡੀ ਰੁੱਤ 'ਚ ਬਾਹਰ ਹਲਕੀ ਹਲਕੀ ਬਰਫ ਪੈ ਰਹੀ ਸੀ வால்ਮਾਰਟ ਸਟੋਰ ਦੀ ਪਾਰਕਿੰਗ ਲਾਟ ਵਿੱਚ ਕਾਰ پارک ਕਰਕੇ ਕਾਲੀ ਕਾਲੀ ਮੈਂ ਸਟੋਰ ਦੇ ਅੰਦਰ ਜਾ ਹੀ ਰਹੀ ਸੀ ਕਿ ਸਟੋਰ ਤੋਂ ਬਾਹਰ ਆ ਰਹੇ ਇੱਕ 6 ਫੁੱਟ ਤੋਂ ਉੱਚੇ ਲੰਮੇ ਲੰਮੇ ਗੱਬਰੂ ਵੱਲੋਂ ਆਂਟੀ ਜੀ ਸਤਿ ਸ੍ਰੀ ਅਕਾਲ ਦੇ ਬੋਲਾਂ ਨੇ ਮੇਰੀ ਤੁਰਨ ਦੀ ਰਫ਼ਤਾਰ ਨੂੰ ਇੱਕਦਮ ਬ੍ਰੇਕ ਲਾ ਕੇ ਰੋਕ ਲਿਆ ਮੇਉ ਦੇ ਜਵਾਬ ਚ ਸਤਿ ਸ਼੍ਰੀ ਅਕਾਲ ਦੇ ਨਾਲ ਨਾਲ ਉਹਦੇ ਚਿਹਰੇ ਨੂੰ ਗਰਦਨ ਉਠਾ ਕੇ ਗੌਰ ਨਾਲ ਵੇਖਣ ਦੇ ਬਾਵਜੂਦ ਵੀ ਪਛਾਣ ਨਾ ਸਕੀ ਮੈਨੂੰ ਆਪਣੀ ਪਛਾਣ ਦੀ ਘਮਣਘੇਰੀ ਚ ਗਵਾਚੀ ਹੋਈ ਨੂੰ ਦੇਖ ਕੇ ਉਹਨੇ ਕਿਹਾ ਆਂਟੀ ਜੀ ਲੱਗਦਾ ਹੈ ਤੁਸੀਂ ਮੈਨੂੰ ਪਛਾਣਿਆ ਨਹੀਂ ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਬੋਲ ਪਿਆ ਆਂਟੀ ਜੀ ਮੈਂ ਮਨਵੀਰ ਹਾਂ ਮੈਂ ਮੂੰਹੋਂ ਕੁਝ ਨਾ ਬੋਲੀ ਪਰ ਆਪਣੀ ਯਾਦਦਾਸ਼ਤ ਤੇ ਜ਼ੋਰ ਦੇ ਕੇ ਸੋਚਣ ਲੱਗੀ ਇਹ ਮਨਵੀਰ ਕੌਣ ਹੋਇਆ ਫਿਰ ਸੋਚਿਆ ਜ਼ਰੂਰ ਕੋਈ ਮੇਰਾ ਵਿਦਿਆਰਥੀ ਹੋਵੇਗਾ ਨਾਲ ਹੀ 2 ਕੁ ਦਿਨ ਪਹਿਲਾਂ ਦੀ ਘਟਨਾ ਯਾਦ ਆਈ ਕਿ ਕਿਵੇਂ ਸਵੇਰੇ ਸਵੇਰੇ ਸਕੂਲ ਜਾਂਦੇ ਸਮੇਂ ਜਦੋਂ ਲਾਲ ਬੱਤੀ ਹੋਣ ਕਰਕੇ ਮੈਂ ਆਪਣੀ ਕਾਰ ਰੋਕੀ ਸੀ ਤਾਂ ਲੱਗੀ ਉਹ ਇਨਸਰਕ ਦੀ ਸਾਈਡਵੌਕ ਤੇ ਤੁਰ ਹੀ ਜਾਂਦੀ ਕਾਲਿਆਂ ਦੀ ਉੱਚੀ ਲੰਮੀ ਕੁੜੀ ਨੇ ਕਾਰ ਦੀ ਬਾਰੀ ਦੇ ਸ਼ੀਸ਼ੇ ਕੋਲਾ ਕੇ ਮੈਨੂੰ ਹਾਏ ਕਹਿ ਕੇ ਮੇਰਾ ਧਿਆਨ ਆਪਣੇ ਵੱਲ ਖਿੱਚਿਆ ਸੀ ਦੇਖ ਕੇ ਮੈਂ ਤਾਂ ਉਹਨੂੰ ਜ਼ਰਾ ਵੀ ਪਹਿਚਾਨ ਨਾ ਸਕੀ ਜਦੋਂ ਉਹਨੇ ਦੱਸਿਆ ਕਿ ਮੈਂ ਨਤਾਸ਼ਾ ਤਾਂ ਸੁਣ ਕੇ ਮੈਨੂੰ ਇੱਕਦਮ ਯਾਦ ਆ ਗਿਆ ਕਿ ਉਹ ਮੇਰੇ ਕੋਲ ਕਿੰਡਰ ਗਾਰਡਨ ਚ ਪੜਦੀ ਸੀ ਤੇ ਜਦੋਂ ਮੈਂ ਘਰ ਦੇ ਨਾਲ ਪਿੰਦੇ ਇੱਕ ਸਕੂਲ ਚ ਪੜਾਉਂਦੀ ਹੁੰਦੀ ਸੀ ਉਦੋਂ ਹੀ ਨਵੀਂ-ਨਵੀਂ ਜਮੀਕਾ ਤੋਂ ਆਈ ਸੀ ਮਨਵੀਰ ਦੀ ਜਾਣ ਪਛਾਣ ਬਾਰੇ ਮੇਰੇ ਜ਼ਹਿਨ ਚ ਯਾਦ ਨਾ ਆਉਂਦੀ ਦੇਖ ਕੇ ਮੈਂ ਪੁੱਛ ਹੀ ਲਿਆ ਮਨਵੀਰ ਕੀ ਤੂੰ ਮੈਨੂੰ ਯਾਦ ਕਰਾ ਸਕਦਾ ਹੈ ਕਿ ਆਪਾਂ ਇੱਕ ਦੂਜੇ ਨੂੰ ਕਿਵੇਂ ਜਾਣਦੇ ਆ ਉਹ ਕਹਿਣ ਲੱਗਾ ਆਂਟੀ ਜੀ ਬਹੁਤ ਪਹਿਲਾਂ ਦੀ ਗੱਲ ਹੈ ਉਦੋਂ ਮੈਂ ਜੀ ਚੌਥਾ ਗ੍ਰੇਡ ਪਾਸ ਕਰਕੇ ਪੰਜਵੇਂ ਗ੍ਰੇਡ ਗ੍ਰੇਡ ਚੋਂਣਾ ਸੀ ਤੇ ਗਰਮੀਆਂ ਦੀਆਂ ਛੁੱਟੀਆਂ 'ਚ ਇੱਕ ਗੁਰਦੁਆਰੇ ਵੱਲੋਂ ਲਗਾਏ ਗਏ ਗੁਰਮਤ ਕੈਂਪ ਵਿੱਚ ਮੈਂ ਤੁਹਾਡੇ ਗਰੁੱਪ ਵਿੱਚ ਸੀ ਗੁਰਦੁਆਰੇ ਦੀ ਗੱਲ ਸੁਣ ਕੇ ਮੈਨੂੰ ਸਭ ਕੁਝ ਇੱਕਦਮ ਯਾਦ ਆ ਗਿਆ ਮੈਂ ਪੁੱਛਿਆ ਮਨਵੀਰ ਹੁਣ ਤੂੰ ਕੀ ਕਰਦਾ ਹੈ ਕਹਿਣ ਲੱਗਾ ਮੈਂ ਯਾਕ ਯੂਨੀਵਰਸਿਟੀ 'ਚ ਬੀਏ ਆਨਰਸ ਵਿੱਚ ਆਖਰੀ ਸਾਲ ਦਾ ਵਿਦਿਆਰਥੀ ਹਾਂ ਤੇ ਨਾਲ ਹੀ ਇੱਥੇ ਵਾਲਮਾਰਟ ਸਟੋਰ ਵਿੱਚ ਪਾਰਟ ਟਾਈਮ ਕੰਮ ਵੀ ਕਰਦਾ ਮੈਨੂੰ ਸੁਣ ਕੇ ਬਹੁਤ ਖੁਸ਼ੀ ਹੋਈ ਉਹ ਜ਼ਰਾ ਗੰਭੀਰ ਹੁੰਦਾ ਹੋਇਆ ਬੋਲਿਆ ਆਂਟੀ ਜੀ ਉਸ ਕੈਂਪ ਤੋਂ ਬਾਅਦ ਮੈਂ ਕਦੇ ਗੁਰਦੁਆਰੇ ਨਹੀਂ ਗਿਆ ਮੈਂ ਉਹਨੂੰ ਸਮਝਾਉਣ ਦੇ ਲਹਿਜੇ 'ਚ ਕਿਹਾ ਮਨਵੀਰ ਇਸ ਤਰ੍ਹਾਂ ਨਹੀਂ ਸੋਚੀਦਾ ਆਪਣਾ ਧਰਮ ਤਾਂ ਬਹੁਤ ਚੰਗਾ ਹੈ ਮੰਨਦਿਆਂ ਕਿ ਵੀ ਕਈ ਗੁਰਦੁਆਰਿਆਂ 'ਚ ਕੋਈ ਕਈ ਕੁਝ ਚੰਗਾ ਨਹੀਂ ਹੋ ਰਿਹਾ ਪਰ ਉਹਨਾਂ ਲੋਕਾਂ ਅੱਗੇ ਵੀ ਸਿਰ ਝੁਕਦਾ ਜੋ ਰਾਤ ਦਿਨ ਤਨ ਮਨ ਤਾਂ ਨਾਲ ਨਿਸ਼ਕਾਮ ਸੇਵਾ ਕਰਦੇ ਹੈ ਉਹ ਕਿਉਂ ਕਹਿਣ ਲੱਗਿਆ ਆਂਟੀ ਜੀ ਮੈਂ ਸਿੱਖ ਧਰਮ ਜਾਂ ਗੁਰਦੁਆਰਿਆਂ ਦੇ ਵਿਰੋਧ 'ਚ ਨਹੀਂ ਆ ਸਗੋਂ ਮੈਂ ਤਾਂ ਆਪਣੇ ਧਰਮ ਬਾਰੇ ਬਹੁਤ ਕੁਝ ਸਿੱਖ ਲਿਆ ਮੈਂ ਤਾਂ ਪਾਠ ਵੀ ਕਰ ਲਿਆ ਨਾ ਪੰਜਾਬੀ ਵੀ ਪੜ੍ਹਨੀ ਤੇ ਲਿਖਣੀ ਸਿੱਖ ਲਈ ਐ ਗੁਰਦੁਆਰੇ ਦੀਆਂ ਕਲਾਸਾਂ 'ਚ ਨਹੀਂ ਸਗੋਂ ਸਕੂਲ ਬੋਰਡ ਵੱਲੋਂ ਲੱਗਦੀਆਂ ਸ਼ਾਮ ਨੂੰ ਤੇ ਸਨਿਚਰਵਾਰ ਦੀਆਂ ਕਲਾਸਾਂ 'ਚ ਜਾ ਕੇ ਮੰਮੀ ਕਹਿੰਦੀ ਸੀ ਤੈਨੂੰ ਪੰਜਾਬੀ ਸਿੱਖਣ ਲਈ ਗੁਰਦੁਆਰੇ ਜਾਣਾ ਪੈਣਾ ਮੈਂ ਮੰਮੀ ਨਾਲ ਵਾਅਦਾ ਕੀਤਾ ਸੀ ਕਿ ਪੰਜਾਬੀ ਜ਼ਰੂਰ ਸਿੱਖਾਂਗਾ ਪਰ ਗੁਰਦੁਆਰੇ ਜਾ ਕੇ ਨਹੀਂ ਉਹ ਬੜੇ ਮਾਣ ਨਾਲ ਪੁੱਛਣ ਲੱਗਾ ਆਂਟੀ ਜੀ ਕੀ ਤੁਹਾਨੂੰ ਨਹੀਂ ਲੱਗ ਰਿਹਾ ਕਿ ਮੈਂ ਬਹੁਤ ਚੰਗੀ ਤਰ੍ਹਾਂ ਪੰਜਾਬੀ ਬੋਲ ਰਿਹਾ ਮੈ ਉਹਦੀ ਖੁੱਲ੍ਹਦਿਲੀ ਦੀ ਦਾਤ ਦਿੰਦੀ ਹੋਈ ਉਹਦੇ ਮਾਣ 'ਚ ਵਾਧਾ ਕਰਨ ਲਈ ਕਿਹਾ ਮੈਨੂੰ ਤਾਂ ਤੇਰੀਆਂ ਗੱਲਾਂ ਸੁਣ ਕੇ ਬਹੁਤ ਫਖਰ ਮਹਿਸੂਸ ਹੋ ਰਿਹਾ ਹੈ ਪਰ ਮੈਨੂੰ ਆਪਣੇ ਆਪ ਤੇ ਬਹੁਤ ਗਿਲਾ ਕਿ ਮੈਂ ਉਸ ਦਿਨ ਤੈਨੂੰ ਇਨਸਾਫ ਨਹੀਂ ਦਿਵਾ ਸਕੀ ਉਹ ਮੁਸਕਰਾਉਂਦਾ ਹੋਇਆ ਬੋਲਿਆ ਆਂਟੀ ਜੀ ਤੁਸੀਂ ਮੇਰੇ ਬਾਰੇ ਕੀ ਗਿਲਾ ਕਰਦੇ ਹੋ ਇਨਸਾਫ ਤਾਂ ਤੁਹਾਨੂੰ ਵੀ ਨਹੀਂ ਸੀ ਮਿਲਿਆ ਇਨਾ ਚਿਰ ਕਈ ਗੁਰਦੁਆਰਿਆਂ 'ਚ ਪੰਜਾਬੀ ਪੜ੍ਹਾ ਕੇ ਬੱਚਿਆਂ ਦੀ ਸੇਵਾ ਕਰਦੇ ਰਹੇ ਹੋ ਪਤਾ ਲੱਗਾ ਸੀ ਤੁਹਾਨੂੰ ਵੀ ਇੱਕ ਗੁਰਦੁਆਰੇ ਦੀ ਕਮੇਟੀ ਨੇ ਕਹਿ ਦਿੱਤਾ ਕਿ ਤੁਸੀਂ ਇੱਥੇ ਸੇਵਾ ਨਹੀਂ ਕਰ ਸਕਦੇ। ਮਨਵੀਰ ਦੀ ਇਹ ਗੱਲ ਸੁਣ ਕੇ ਮੈਂ ਹਾਸੇ ਚ ਗਿਆ। ਲੱਗਦਾ ਤੂੰ ਮੇਰੀ ਜਸੂਸੀ ਕਰਦਾ ਨੇ। ਭਲਾ ਤੈਨੂੰ ਇਹਨਾਂ ਗੱਲਾਂ ਦਾ ਕਿਵੇਂ ਪਤਾ ਲੱਗਾ? ਉਹ ਗਿਉ ਹੱਸ ਕੇ ਕਹਿਣ ਲੱਗਾ ਆਂਟੀ ਜੀ, ਮੇਰੀ ਮਾਸੀ ਦੇ ਬੱਚੇ ਮਨਦੀਪ ਤੇ ਸੰਦੀਪ ਤੁਹਾਡੇ ਗੁਰਦੁਆਰੇ ਦੇ ਸਕੂਲ ਚ ਤੇ ਜਿਹੜੀ ਤੁਸੀਂ ਮੰਗਲਵਾਰ ਸ਼ਾਮ ਦੀ ਕਲਾਸ ਸਕੂਲ ਬੋਰਡ ਵੱਲੋਂ ਪੜ੍ਹਾਉਂਦੇ ਸੀ ਵਿੱਚ ਪੜ੍ਹਦੇ ਰਹੇ ਸੀ। ਮੇਰੀ ਮਾਸੀ ਨੇ ਮੈਨੂੰ ਤੁਹਾਡੇ ਨਾਲ ਗੁਰਦੁਆਰੇ ਵੱਲੋਂ ਕੀਤੇ ਵਰਤਾਓ ਬਾਰੇ ਸਭ ਕੁਝ ਦੱਸਿਆ ਹੈ ਮੈਨੂੰ ਮਾਸੀ ਨੇ ਇਹ ਵੀ ਦੱਸਿਆ ਹੈ ਕਿ ਜਦੋਂ ਤੁਸੀਂ ਯਾਕ ਯੂਨੀਵਰਸਿਟੀ 'ਚ ਪ੍ਰਿੰਸੀਪਲ ਬਣਨ ਦਾ ਕੋਰਸ ਕਰਨਾ ਸ਼ੁਰੂ ਕੀਤਾ ਸੀ ਉਦੋਂ ਤੁਸੀਂ ਆਪਣਾ ਕੰਮ ਘਟਾਉਣ ਦੇ ਖਾਤਰ ਸਕੂਲ ਬੋਰਡ ਦੀ ਕਲਾਸ ਛੱਡ ਦਿੱਤੀ ਸੀ ਜਿੱਥੇ ਤੁਹਾਨੂੰ ਚੰਗੇ ਡਾਲਰ ਮਿਲਦੇ ਸਨ ਉਦੋਂ ਤੁਸੀਂ ਗੁਰਦੁਆਰੇ ਦੇ ਸਕੂਲ 'ਚ ਮੁਫਤ ਵਿੱਚ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਨਿਭਾਉਂਦੇ ਰਹੇ ਹੋ ਆਪਣੇ ਗੁਰਦੁਆਰਿਆਂ 'ਚ ਕਮੇਟੀਆਂ ਵਾਲੇ ਆਪਸ 'ਚ ਲੜਕੇ ਸੰਗਤ ਦੇ ਹਜ਼ਾਰਾਂ ਡਾਲਰ ਕੋਟਾਂ 'ਚ ਬਰਬਾਦ ਕਰ ਦਿੰਦੇ ਆ ਜੋ ਸਾਡੀ ਕੌਮ ਦੇ ਚੰਗੇ ਕਾਰਜਾਂ ਲਈ ਵਰਤੇ ਜਾ ਸਕਦੇ ਸੀ ਇੱਕ ਗੁਰਦੁਆਰੇ ਵਾਲੇ ਦੂਸਰੇ ਗੁਰਦੁਆਰੇ ਵਿੱਚ ਜਾ ਕੇ ਕਿਰਪਾਨਾਂ ਚਲਾ ਕੇ ਸਾਡੇ 10ਵੇਂ ਗੁਰੂ ਸਾਹਿਬ ਵੱਲੋਂ ਬਖਸ਼ੀ ਹੋਈ ਕਿਰਪਾਨ ਨੂੰ ਵੀ ਬੈਨ ਕਰਾਉਣ ਤੇ ਤੁਲੇ ਹੋਏ ਆ ਅੱਜੇ ਕੁਝ ਕੁ ਗੁਰਦੁਆਰਿਆਂ ਦੇ ਆਗੂਆਂ ਨੇ ਤਾਂ ਸਕੂਲ ਦਾ ਮੂੰਹ ਵੀ ਨਹੀਂ ਦੇਖਿਆ ਆਪਣੇ ਦੇਸ਼ 'ਚ ਪੰਚ ਜਾਂ ਸਰਪੰਚ ਬਣਨ ਦਾ ਅਧੂਰਾ ਸੁਪਨਾ ਇੱਥੇ ਗੁਰਦੁਆਰਿਆਂ ਦੇ ਆਗੂ ਬਣ ਕੇ ਪੂਰਾ ਕਰਨਾ ਚਾਹੁੰਦੇ ਆ ਉਨਾ ਸਾਡਾ ਵਧੀਆ ਅਸੂਲਾਂ ਵਾਲਾ ਧਰਮ ਵੀ ਆਪਣੀ ਮਤ ਅਨੁਸਾਰ ਢਾਲ ਲਿਆ। ਇਹ ਸਾਡੀ ਕੌਮ ਦੀ ਬੜੀ ਵੱਡੀ ਬਦਕਿਸਮਤੀ ਹੈ। ਆਂਟੀ ਜੀ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਆ ਕੇ ਸਾਡੇ ਲੋਕ ਜਾਂ ਤਾਂ ਸਿਆਸਤ ਵੱਲ ਜਾਂ ਫਿਰ ਗੁਰਦੁਆਰਿਆਂ ਦੀ ਆਗੂ ਬਣਨ ਲਈ ਭੱਜਦੇ ਆ। ਕਦੇ ਲੋਕ ਯੂਨੀਵਰਸਿਟੀਆਂ ਜਾਂ ਕਾਲਜਾਂ ਵੱਲ ਕਿਉਂ ਨਹੀਂ ਭੇਜਦੇ? ਮਨਵੀਰ ਦੀਆਂ ਲਗਾਤਾਰ ਵਿਚਾਰਨਯੋਗ ਗੱਲਾਂ ਸੁਣ ਕੇ ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਇਸ ਮੁੰਡੇ ਨੂੰ ਮੈਂ ਇੰਨੀ ਦੇਰ ਬਾਅਦ ਦੇਖਿਆ। ਉਦੇ ਖਿਆਲਾਂ ਦੀ ਤਾਰੀਫ਼ ਕਰਦੀ ਹੋਈ ਨੇ ਮੈਂ ਕਿਹਾ ਮਨਵੀਰ ਜੇਕਰ ਤੇਰੇ ਵਰਗੇ ਨੌਜਵਾਨ ਇੰਨੀ ਗੰਭੀਰਤਾ ਨਾਲ ਸੋਚਣ ਲੱਗ ਪੈਣਗੇ ਤਾਂ ਸਾਡਾ ਆਉਣ ਵਾਲਾ ਕੱਲ ਬੜਾ ਵਧੀਆ ਹੋਏਗਾ ਉਹ ਕਹਿਣ ਲੱਗਾ ਆਂਟੀ ਜੀ ਜੇਕਰ ਇਹ ਲੋਕ ਸਾਨੂੰ ਅੱਗੇ ਆਉਣ ਦੇਣਗੇ ਤਾਂ ਹੀ ਸਾਡੀ ਵਧੀਆ ਸੋਚ ਦਾ ਫਾਇਦਾ ਹੋਏਗਾ ਅਸੀਂ ਗੋਰਿਆਂ ਨਾਲ ਸੰਘਰਸ਼ ਕਰਕੇ ਤਾਂ ਕੁਝ ਪ੍ਰਾਪਤ ਕਰ ਸਕਦੇ ਆ ਪਰ ਇਹਨਾ ਆਪਣੇਆਂ ਨੇ ਤਾਂ ਸਾਡੀਆਂ ਲੱਤਾਂ ਹੀ ਖਿੱਚਣੀਆਂ ਹਨ ਇਹੀ ਕਾਰਨ ਹੈ ਕਿ ਅਸੀਂ ਆਪਣੇ ਗੁਰਦੁਆਰਿਆਂ 'ਚ ਜ਼ਰਾ ਵੀ ਸੁਧਾਰ ਨਹੀਂ ਲਿਆ ਸਕਦੇ ਤਰਾਂ-ਤਰਾਂ ਦੇ ਲੋਕ ਸਟੋਰ ਚੋਂ ਖਰੀਦ ਕਰਕੇ ਬਾਹਰ ਆ ਰਹੇ ਸਨ ਤੇ ਕੁਝ ਅੰਦਰ ਜਾ ਰਹੇ ਸਨ ਅਸੀਂ ਸਟੋਰ ਦੇ ਅੰਦਰ ਵਾਰ ਇੱਕ ਪਾਸੇ ਖੜੇ ਆਪਣੇ ਆਦੇ ਗਿਲੇ ਸ਼ਿਕਵਿਆਂ ਦਾ ਹਿਸਾਬ-ਕਿਤਾਬ ਕਰ ਰਹੇ ਸਾਂ ਕੁਝ ਮਿੰਟਾਂ ਦੀ ਚੁੱਪ ਤੋਂ ਬਾਅਦ ਉਹ ਫੇਰ ਬੋਲਿਆ ਆਂਟੀ ਜੀ ਹੁਣ ਨਹੀਂ ਤੁਸੀਂ ਦੇਖਿਆ ਕਿ ਕਿਵੇਂ ਸਾਡੇ ਗੁਰਦੁਆਰਿਆਂ ਚ ਨਾਮ ਸਿਮਰਨ ਦੀ ਨਵੀਂ ਵਿਧੀ ਦੇ ਨਾਂ ਹੇਠ ਸੰਗਤਾਂ ਨੂੰ ਪਰਮਾਉਣ ਲਈ ਟੀਵੀ ਚੈਨਲਾਂ ਨੂੰ ਵਰਤਿਆ ਜਾਂਦਾ ਹੈ ਸਾਡੇ ਲੋਕ ਵੀ ਕਿੰਨੇ ਭੋਲੇ ਆ ਟੀਵੀ ਤੇ ਦੇਖ ਕੇ ਘਰ ਬੈਠੇ ਵੀ ਸਿਮਰਨ ਕਰ ਸਕਦੇ ਆ ਪਰ ਉਹ ਵਹੀ ਰੰਗwidehat ਕੇ ਟੀਵੀ ਤੇ ਆਉਣ ਵਾਲੇ ਦਿਨ ਗੁਰਦੁਆਰੇ ਵੱਲ ਤੁਰ ਪੈਂਦੇ ਆ ਨਾਮ ਸਿਮਰਨ ਤਾਂ ਉੱਠਦੇ ਆ ਬੈਠਦੇ ਆ ਕੀਰਤ ਕਰਦੇ ਆ ਸਮੇਂ ਕਰਦੇ ਰਹਿਣਾ ਚਾਹੀਦਾ ਸਾਡੇ ਗੁਰੂਆਂ ਵੱਲੋਂ ਤਾਂ ਗੁਰਦੁਆਰਿਆਂ ਦੀ ਪ੍ਰਥਾ ਸਿੱਖੀ ਦਾ ਪ੍ਰਚਾਰ ਕਰਨ ਤੇ ਗਰੀਬਾਂ ਦੀ ਮਦਦ ਕਰਨ ਲਈ ਕੀਤੀ ਗਈ ਸੀ ਪਰ ਮੰਮੀ ਦੀ ਸਹੇਲੀ ਨੇ ਆਪਣੇ ਮੁੰਡੇ ਦੇ ਜਨਮ ਦਿਨ ਤੇ ਅਖੰਡ ਪਾਠ ਕਰਾਉਣਾ ਸੀ ਪਰ ਉਹਦੇ ਕੋਲੋਂ ਗੁਰਦੁਆਰੇ ਵਾਲਿਆਂ ਜਿਨੇ ਜਿੰਨੇ ਡਾਲਰ ਮੰਗੇ ਸੀ ਉਸ 100 ਡਾਲਰ ਦੇਣ ਦੀ ਹਿੰਮਤ ਨਾ ਹੋਣ ਕਰਕੇ ਅਖੰਡ ਪਾਠ ਕਰਵਾਈ ਨਾ ਸਕੇ ਲੜਾਈ ਕਰਕੇ ਭਾਵੇਂ ਲੋਕ ਜਿੰਨੇ ਮਰਜ਼ੀ ਸੰਗਤ ਦੇ ਡਾਲਰ ਕੋਟਾਂ 'ਚ ਬਰਬਾਦ ਕਰ ਦੇਣ ਪਰ ਕਿਸੇ ਗਰੀਬ ਦੀ ਮਦਦ ਨਹੀਂ ਕਰ ਸਕਦੇ ਇਹਨਾਂ ਲੋਕਾਂ ਨੇ ਗੁਰਦੁਆਰਿਆਂ ਨੂੰ ਸਿਰਫ ਮਹਿੰਗੇ ਭਾ ਦੇ ਘਰੇਲੂ ਸਮਾਗਮਾਂ ਤੇ ਆਪਣੀ ਹਉਮੇ ਤੱਕ ਸੀਮਤ ਕਰ ਦਿੱਤਾ ਹੈ ਮਨਵੀਰ ਦੀਆਂ ਗੱਲਾਂ ਸੱਚੀ ਬਹੁਤ ਹੱਦ ਤੱਕ ਸਾਡੇ ਗੁਰਦੁਆਰਿਆਂ ਦੀ ਮੂੰਹ ਬੋਲਦੀ ਤਸਵੀਰ ਦੀ ਖਾਮੀ ਭਰ ਰਹੀਆਂ ਸਨ ਮੈਂ ਉਹਨੂੰ ਸੁਣਨ ਦੇ ਨਾਲ ਨਾਲ ਸੋਚ ਵੀ ਰਹੀ ਸੀ ਮੇਰਾ ਦਿਲ ਕੀਤਾ ਕਿ ਉਹਦੀਆਂ ਗੱਲਾਂ ਸੁਣੀ ਜਾਵਾਂ ਪਰ ਮਨਵੀਰ ਕਹਿਣ ਲੱਗਾ ਆਂਟੀ ਜੀ ਮੈਂ ਆਪਣਾ ਯੂਨੀਵਰਸਿਟੀ ਦਾ ਕੰਮ ਕਰਨਾ ਹੈ ਤੁਸੀਂ ਮੈਨੂੰ ਆਪਣਾ ਫੋਨ ਨੰਬਰ ਦੇ ਦਿਓ ਕਿਉਂਕਿ ਮੇਰੀ ਮਾਸੀ ਕਾਫੀ ਧੇਰ ਤੋਂ ਤੁਹਾਡਾ ਫੋਨ ਨੰਬਰ ਲੱਭ ਰਹੀ ਸੀ ਉਹ ਕਹਿੰਦੀ ਸੀ ਕਿ ਉਹਨਾਂ ਦੇ ਬੱਚਿਆਂ ਤੇ ਤੁਹਾਡੀਆਂ ਗੱਲਾਂ ਦਾ ਬਹੁਤ ਅਸਰ ਹੈ ਖਾਸ ਕਰਕੇ ਜਦੋਂ ਤੁਸੀਂ ਗੁਰਦੁਆਰੇ ਸਕੂਲ ਲੱਗਣ ਤੋਂ ਪਹਿਲਾਂ 5-10 ਮਿੰਟ ਬੱਚਿਆਂ ਨੂੰ ਚੰਗਾ ਬਣੰਦੀਆਂ ਗੱਲਾਂ ਦਾ ਲੈਕਚਰ ਦਿੰਦੇ ਸੀ ਮਾਸੀ ਨੂੰ ਪਤਾ ਲੱਗਾ ਸੀ ਕਿ ਕਈ ਸਕੂਲਾਂ ਦੇ ਮਾਪੇ ਆਪਣੇ ਬੱਚਿਆਂ ਨੂੰ ਤੁਹਾਡੇ ਕੋਲ ਘਰ ਵੀ ਲੈ ਕੇ ਜਾਂਦੇ ਰਹੇ ਹਨ ਮੈਂ ਆਪਣਾ ਫੋਨ ਨੰਬਰ ਮਨਵੀਰ ਕੋਲ ਫੜੇ ਇੱਕ ਮੈਗਜ਼ੀਨ ਤੇ ਲਿਖ ਦਿੱਤਾ ਉਹ ਫਿਰ ਮਿਲਣ ਦਾ ਵਾਅਦਾ ਕਰਕੇ ਸਟੋਰ ਤੋਂ ਬਾਹਰ ਹੋ ਗਿਆ ਤੇ ਮੈਂ ਸਟੋਰ ਦੇ ਅੰਦਰ ਜਾਵੜੀ ਮੈਂ ਸਟੋਰ ਚੋਂ ਕੁਝ ਜ਼ਿਆਦਾ ਨਹੀਂ ਸੀ ਖਰੀਦਣਾ ਸਿਰਫ ਆਪਣੇ ਸਕੂਲ ਵਿੱਚ ਲੰਚ ਦੇ ਟਾਈਮ ਤੇ ਬੱਚਿਆਂ ਵਾਸਤੇ ਖੋਲੇ ਨੀਟਿੰਗ ਕਲੱਬ ਵਾਸਤੇ ਉਹਨਾਂ ਤੇ ਸਲਾਈਆਂ ਹੀ ਖਰੀਦਣੀਆਂ ਸਨ ਮੈਂ ਕਾਲੀ-ਕਾਲੀ ਆਪਣੀ ਖਰੀਦ ਖਤਮ ਕੀਤੀ ਕਿਉਂਕਿ ਪਹਿਲੇ ਹੀ ਕਾफी ਸਮਾਂ ਮਨਵੀਰ ਨਾਲ ਗੱਲਾਂ ਕਰਦਿਆਂ ਬਿਤਾ ਚੁੱਕੀ ਸੀ ਘਰ ਵਾਪਸ ਆਉਂਦਿਆਂ ਹੋਇਆਂ ਮੈਂ ਮਨਵੀਰ ਦੀਆਂ ਗੱਲਾਂ ਯਾਦ ਕਰਕੇ ਸੁੱਖਾਂ ਵਾਂਝਿਆ ਤੇ ਖੁਸ਼ੀ ਭਰਿਆ ਅਹਿਸਾਸ ਮਹਿਸੂਸ ਕਰ ਰਹੀ ਸੀ ਮੈਨੂੰ ਲੱਗ ਰਿਹਾ ਸੀ ਜਿਵੇਂ ਕਈ ਸਾਲਾਂ ਬਾਅਦ ਮੇਰੇ ਮਨ ਤੋਂ ਬਹੁਤ ਵੱਡਾ ਸਾਰਾ ਬੋਝ ਚੁੱਕਿਆ ਗਿਆ ਹੋਵੇ ਕੈਂਪ ਦੇ ਦੌਰਾਨ ਮਨਵੀਰ ਨਾਲ ਹੋਈ ਘਟਨਾ ਦਾ ਮੇਰੇ ਮਨ ਤੇ ਬਹੁਤ ਦੇਰ ਤੱਕ ਅਸਰ ਰਿਹਾ। ਮੈਂ ਬਹੁਤ ਵਾਰੀ ਉਸ ਘਟਨਾ ਬਾਰੇ ਸੋਚਿਆ ਸੀ ਕਿ ਮੈਂ ਵੀ ਬਹੁਤ ਵੱਡੀ ਗੁਨਾਹਗਾਰ ਹਾਂ ਜੋ ਮਨਵੀਰ ਨੂੰ ਇਨਸਾਫ ਨਾ ਦਿਵਾ ਸਕੀ। ਉਹ ਭਾਵੇਂ ਉਸ ਵਕਤ ਇੱਕ ਛੋਟਾ ਜਿਹਾ ਬੱਚਾ ਸੀ ਪਰ ਉਹਨੇ ਮੇਰੀ ਬੇਵਸੀ ਦਾ ਅੰਦਾਜ਼ਾ ਮੇਰੀਆਂ ਅੱਖਾਂ 'ਚੋਂ ਵਗਦੇ ਹੰਝੂਆਂ ਤੋਂ ਲਗਾ ਲਿਆ ਸੀ। ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਵਾਰ ਫੇਰ ਮੈਨੂੰ ਮਨਵੀਰ ਵੱਲੋਂ ਕਈਆਂ ਹੋਈਆਂ ਗੱਲਾਂ ਦੀ ਯਾਦ ਆਈ। ਖਾਸ ਕਰਕੇ ਉਹਨੇ ਮੇਰੇ ਨਾਲ ਹੋਈ ਬੇਇਨਸਾਫੀ ਬਾਰੇ ਜੋ ਗੱਲ ਕਹੀ ਸੀ। ਖैर ਮੈਂ ਜਦੋਂ ਮੇਰੇ ਆਪਣੇ ਛੋਟੇ ਬੱਚੇ ਸੀ ਉਹਨਾਂ ਨੂੰ ਪੰਜਾਬੀ ਘਰ ਹੀ ਸਿਖਾ ਸਕਦੀ ਸੀ ਪਰ ਮੈਂ ਸੋਚਿਆ ਜੇ ਉਹ ਹੋਰ ਬੱਚਿਆਂ ਨਾਲ ਰਲ ਕੇ ਸਿੱਖਣਗੇ ਤਾਂ ਪੰਜਾਬੀ ਦੇ ਨਾਲ-ਨਾਲ ਹੋਰ ਵੀ ਕਈ ਸਲੀਕੇ ਦੀਆਂ ਗੱਲਾਂ ਸਿੱਖਣਗੇ ਤੇ ਨਾਲ ਲੱਗਦਾ ਹੋਰ ਬੱਚਿਆਂ ਨੂੰ ਵੀ ਪੰਜਾਬੀ ਸਿੱਖਣ ਦਾ ਮੌਕਾ ਮਿਲੇਗਾ ਇਸ ਕਰਕੇ ਮੈਂ ਇੱਕ ਗੁਰਦੁਆਰੇ 'ਚ ਸ਼ਾਮ ਨੂੰ ਤੇ ਵੀਕਐਂਡ ਦੇ ਸਮੇਂ ਪੰਜਾਬੀ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਬੱਚਿਆਂ ਦੀ ਗਿਣਤੀ ਵਧਣ ਨਾਲ ਕਲਾਸਾਂ ਤੇ ਅਧਿਆਪਕਾਂ ਵਿੱਚ ਵੀ ਵਾਧਾ ਕੀਤਾ ਗਿਆ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਹੋਰ ਸੇਵਾ ਬਿਲਾਸ਼ੀਆਂ ਤੇ ਕਮੇਟੀਆਂ ਦੇ ਸਹਿਯੋਗ ਨਾਲ ਅਸੀਂ ਹਫ਼ਤਾ ਹਫ਼ਤਾ ਵੱਖ-ਵੱਖ ਗੁਰਦੁਆਰਿਆਂ 'ਚ ਬੱਚਿਆਂ ਲਈ ਗੁਰਮਤ ਕੈਂਪ ਵੀ ਲਗਾਉਂਦੇ। ਦੋ ਹੋਰ ਗੁਰਦੁਆਰਿਆਂ 'ਚ ਵੀ ਮੈਂ ਕਮੇਟੀ ਦੇ ਕਹਿਣ ਤੇ ਪੰਜਾਬੀ ਦੀਆਂ ਕਲਾਸਾਂ ਸ਼ੁਰੂ ਕਰਨ 'ਚ ਮਦਦ ਕੀਤੀ। ਇੱਕ ਸਾਲ ਤਾਂ ਮੈਨੂੰ ਹਫ਼ਤਾ ਹਫ਼ਤਾ ਚਾਰ ਗੁਰਦੁਆਰਿਆਂ 'ਚ ਕੈਂਪਾਂ 'ਚ ਸੇਵਾ ਕਰਨ ਦੀ ਜ਼ਿੰਮੇਵਾਰੀ ਨਿਭਾਉਣੀ ਪਈ। ਨਾਲ ਹੀ ਬੱਚਿਆਂ ਨੂੰ ਵੀ ਚਾਰ ਕੈਂਪਾਂ 'ਚ ਜਾਣਾ ਪਿਆ। ਇਸ ਤੋਂ ਬਾਅਦ ਜਿਵੇਂ ਉਹ ਅੱਕ ਜੇ ਗਏ ਕਹਿਣ ਲੱਗੇ ਮੰਮੀ ਅਸੀਂ ਹਰ ਸਾਲ ਕੈਂਪ ਵਿੱਚ ਜ਼ਰੂਰ ਜਾਵਾਂਗੇ ਪਰ ਇੱਕ ਹੀ ਗੁਰਦੁਆਰੇ 'ਚ ਜਾਵਾਂਗੇ ਉਸ ਤੋਂ ਬਾਅਦ ਮੈਂ ਸਿਰਫ ਇੱਕ ਹੀ ਗੁਰਦੁਆਰੇ 'ਚ ਸਾਰੇ ਸਕੂਲਾਂ ਦੇ ਕੈਂਪਾਂ ਦੀ ਜ਼ਿੰਮੇਵਾਰੀ ਪ੍ਰਿੰਸੀਪਲ ਦੇ ਤੌਰ ਤੇ ਕਈ ਸਾਲ ਤੱਕ ਨਿਭਾਈ ਉਦੋਂ ਕਮੇਟੀ ਦੇ ਕੁਝ ਕੁ ਮੈਂਬਰਾਂ ਵੱਲੋਂ ਮੈਨੂੰ ਉਸ ਗੁਰਦੁਆਰੇ ਦੀ ਮੈਂਬਰਸ਼ਿਪ ਲੈਣ ਦੀ ਬਹੁਤ ਵਾਰੀ ਪੇਸ਼ਕਸ਼ ਕੀਤੀ ਗਈ ਸੀ ਪਰ ਮੈਂ ਇਹ ਕਹਿ ਕੇ ਟਾਲ ਦਿੰਦੀ ਕਿ ਬੱਚੇ ਛੋਟੇ ਹਨ ਨਾਲੇ ਸਰਕਾਰੀ ਨੌਕਰੀ ਦੀ ਜ਼ਿੰਮੇਵਾਰੀ ਕਾਫੀ ਹੈ ਜਦੋਂ ਬੱਚੇ ਵੱਡੇ ਹੋ ਗਏ ਇੱਕ ਦਿਨ ਕੈਂਪਸ ਦੇ ਬੱਚਿਆਂ ਨੂੰ ਦੇਣ ਲਈ ਸਰਟੀਫਿਕੇਟਾਂ ਤੇ ਦਸਖਤ ਕਰਦੇ ਸਮੇਂ ਇੱਕ ਕਮੇਟੀ ਮੈਂਬਰ ਨੇ ਮੇਰੇ ਨਾਲ ਮੈਂਬਰਸ਼ਿਪ ਦੀ ਗੱਲ ਝੇੜੀ ਮੈਂ ਕਿਹਾ ਇਹ ਕਿਹੜੀ ਗੱਲ ਹੈ ਮੈਂ ਹੁਣੇ ਫਾਰਮ ਭਰ ਦਿੰਨੀ ਆ ਮੈਂ ਇਸ ਗੱਲ ਤੋਂ ਬਿਲਕੁਲ ਅਣਜਾਣ ਸੀ ਕਿ ਕਮੇਟੀ ਦੇ ਮੈਂਬਰ ਦੋ ਧੜਿਆਂ 'ਚ ਵੰਡੇ ਹੋਏ ਹਨ ਤੇ ਗੁਰਦੁਆਰੇ ਦਾ ਕੇਸ ਕੋਰਟ ਵਿੱਚ ਚੱਲ ਰਿਹਾ ਹੈ ਮੇਰੀਆਂ ਸੇਵਾਵਾਂ ਤਾਂ ਸਿਰਫ ਸਕੂਲ ਦੇ ਬੱਚਿਆਂ ਤੱਕ ਹੀ ਸੀਮਤ ਸਨ ਮੈਂਬਰਸ਼ਿਪ ਦੀ ਅਰਜ਼ੀ ਭਰਨ ਤੋਂ ਕੁਝ ਸਮਾਂ ਬਾਅਦ ਇੱਕ ਦਿਨ ਮੈਂ ਇੱਕ ਕਮੇਟੀ ਮੈਂਬਰ ਤੋਂ ਪੁੱਛਿਆ ਕਿ ਮੇਰੀ ਮੈਂਬਰਸ਼ਿਪ ਦਾ ਕੀ ਬਣਿਆ ਕਹ ਲਗਾ ਸਾਡਾ ਕੇਸ ਕੋਰਟ ਚ ਹੈ ਪਹਿਲੀ ਕਮੇਟੀ ਦੇ ਪ੍ਰਧਾਨ ਨੇ ਕੋਰਟ ਵਿੱਚ ਤੁਹਾਡੇ ਬਾਰੇ ਕਿਹਾ ਕਿ ਤੁਸੀਂ ਕਦੇ ਗੁਰਦੁਆਰੇ ਚ ਵੜੇ ਤੱਕ ਨਹੀਂ ਸੁਣ ਕੇ ਮੈਂ 당 ਰਹਿ ਗਈ ਕਿ ਲੋਕ ਇੰਨਾ ਵੱਡਾ ਝੂਠ ਵੀ ਬੋਲ ਸਕਦੇ ਮੈਂ ਉਸ ਕਮੇਟੀ ਮੈਂਬਰ ਤੋਂ ਅਗਲੀ ਕੋਰਟ ਦੀ ਤਰੀਕ ਬਾਰੇ ਪੁੱਛਿਆ ਤੇ ਕਿਹਾ ਮੈਂ ਖੁਦ ਕੋਰਟ ਚ ਜਾ ਕੇ ਆਪਣੇ ਵੱਲੋਂ ਦਿੱਤੇ ਗਏ ਵਿਆਜ ਤੋਂ ਬਿਨਾ ਪੈਸੇ ਜੋ ਗੁਰਦੁਆਰਾ ਖਰੀਦਣ ਸਮੇ ਦਿੱਤੇ ਸੀ ਆਪਣੇ ਵੱਲੋਂ ਦਿੱਤੇ ਗਏ ਦਾਨ ਦੀਆਂ ਰਸੀਦਾਂ ਵਿਖਾ ਦੇਵਾਂਗੀ ਨਾਲੇ ਹਰ ਹਫਤੇ ਸਕੂਲ ਵਿੱਚ ਆਪਣੇ ਵੱਲੋਂ ਪ੍ਰਿੰਸੀਪਲ ਦੇ ਤੌਰ ਤੇ ਸੇਵਾਵਾਂ ਨੇਬਾਨ ਬਾਰੇ ਦੱਸਾਂਗੀ ਕੋਰਟ ਦੀ ਤਰੀਕ ਵਾਲੇ ਦਿਨ ਮੈਂ ਉੱਥੇ ਪੁੱਜੀ ਤਾਂ ਦੇਖਿਆ ਕਿ ਦੋਵੇਂ ਧਿਰਾਂ ਇੱਕ ਦੂਸਰੇ ਵੱਲ ਘੂਰ-ਘੂਰ ਕੇ ਵੇਖ ਰਹਿਆਂ ਸੀ ਮੈਂ ਦੋਹਾਂ ਧਿਰਾਂ ਦੇ ਮੈਂਬਰਾਂ ਨੂੰ ਬੁਲਾਇਆ ਨਾਲ ਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਆਪਸ ਵਿੱਚ ਸਮਝੌਤਾ ਕਰ ਲਓ ਇੱਕ ਧਿਰ ਕਹਿਣ ਲੱਗੀ ਨਹੀਂ ਅਸੀਂ ਤਾਂ ਕੇਸ ਜਿੱਤੇ ਪਏ ਹ ਜਦੋਂ ਮੇਰੀ ਪੇਸ਼ੀ ਹੋਈ ਮੈਂ ਕਿਸੇ ਵੀ ਕਮੇਟੀ ਮੈਂਬਰ ਦੇ ਵਿਰੁੱਧ ਇੱਕ ਵੀ ਲਫ਼ਜ਼ ਨਾ ਬੋਲੇ ਆ ਸਿਰਫ ਗੁਰਦੁਆਰੇ 'ਚ ਆਪਣੀਆਂ ਸੇਵਾਵਾਂ ਪ੍ਰਿੰਸੀਪਲ ਦੇ ਤੌਰ ਤੇ ਤੇ ਵਿੱਤੀ ਸਹਾਇਤਾ ਕਰਨ ਬਾਰੇ ਆਪਣਾ ਪੱਖ ਪੇਸ਼ ਕੀਤਾ ਤੇ ਕਿਹਾ ਕਿ ਮੈਨੂੰ ਮੈਂਬਰਸ਼ਿਪ ਦਿੱਤੀ ਜਾਵੇ ਜੱਜ ਨੇ ਵੀ ਮੰਨਿਆ ਕਿ ਮੈਂਬਰਸ਼ਿਪ ਮਿਲਣੀ ਚਾਹੀਦੀ ਹੈ ਪਰ ਕਾਰਜਕਾਰੀ ਕਮੇਟੀ ਤੇ ਬਹੁਮਤ ਦੀ ਸਹਿਮਤੀ ਦਾ ਹੋਣਾ ਵੀ ਜ਼ਰੂਰੀ ਸੀ ਤੇ ਨਾਲ ਹੀ ਉਹਦਾ ਸਹੀ ਰਿਕਾਰਡ ਰਜਿਸਟਰ ਹੋਣਾ ਵੀ ਜ਼ਰੂਰੀ ਸੀ ਖੈਰ ਵਿਰੋਧੀ ਧਿਰ ਕੇਸ ਜਿੱਤ ਗਈ ਜਿਹਦੇ ਰਾਈ ਮੈਂ ਮੈਂਬਰਸ਼ਿਪ ਦੀ ਅਰਜ਼ੀ ਨਹੀਂ ਸੀ ਦਿੱਤੀ ਉਹਨਾਂ ਨੇ ਗੁਰਦੁਆਰੇ ਦਾ ਪ੍ਰਬੰਧ ਸੰਭਾਲਦੇ ਅਨਸਾਰ ਹੀ ਉਹਨਾਂ ਲੋਕਾਂ ਨੂੰ ਗੁਰਦੁਆਰੇ ਤੋਂ ਦੂਰ ਰਹਿਣ ਦਾ ਹੁਕਮ ਸੁਣਾ ਦਿੱਤਾ ਉਹਨਾਂ ਲੋਕਾਂ ਨੂੰ ਗੁਰਦੁਆਰੇ ਤੋਂ ਰਹਿਣ ਦਾ ਹੁਕਮ ਸੁਣਾ ਦਿੱਤਾ ਜੋ ਪਹਿਲੀ ਕਮੇਟੀ ਰਾਹੀਂ ਰੱਖੇ ਹੋਏ ਸਨ ਖੈਰ ਮੈਂ ਤਾਂ ਕਿਸੇ ਕਮੇਟੀ ਨਾਲ ਨਹੀਂ ਸੀ ਜੁੜੀ ਹੋਈ ਪਰ ਮੈਂਬਰਸ਼ਿਪ ਪਲਾਨ ਦੀ ਅਰਜ਼ੀ ਜ਼ਰੂਰ ਪਹਿਲੀ ਕਮੇਟੀ ਨੂੰ ਦੇਣ ਦੀ ਗੁਸਤਾਖੀ ਕੀਤੀ ਸੀ ਜਿਸ ਦੀ ਸਜ਼ਾ ਵਜੋਂ ਮੈਨੂੰ ਗੁਰਦੁਆਰੇ ਵਿੱਚ ਵੀਕਐਂਡ ਤੇ ਸੇਵਾ ਦੇ ਤੌਰ ਤੇ ਪ੍ਰਿੰਸੀਪਲ ਦੀਆਂ ਸਭਿਆਵਾਂ ਤੋਂ ਮੁਕਤ ਕਰ ਦਿੱਤਾ ਗਿਆ ਜਿਸ ਨਾਲ ਮੈਨੂੰ ਵੀਕਐਂਡ ਤੇ ਆਪਣੇ ਘਰ 'ਚ ਕੰਮ ਕਰਨ ਜਾਂ ਪੜ੍ਹਨ ਲਿਖਣ ਦਾ ਹੋਰ ਮੌਕਾ ਮਿਲ ਗਿਆ ਪਰ ਆਫਸੋਰਸ ਇਸ ਗੱਲ ਦਾ ਜ਼ਰੂਰ ਹੋਇਆ ਕਿ ਜੋ ਬੱਚੇ ਮੇਰੇ ਨਾਲ ਸਕੂਲ 'ਚ ਜੁੜੇ ਹੋਏ ਸਨ ਉਹਨਾਂ ਨੂੰ ਸਜ਼ਾ ਕਿਉਂ ਦਿੱਤੀ ਗਈ ਕਿਉਂਕਿ ਸਕੂਲ ਦੇ ਬੱਚਿਆਂ ਨੇ ਮੇਰੀ ਸਰਪ੍ਰਸਤੀ ਹੇਠ ਇੱਕ ਯੂਥ ਆਰਗੇਨਾਈਜੇਸ਼ਨ ਬਣਾਉਣ ਦੇ ਨਾਲ-ਨਾਲ ਖੇਡਾਂ ਤੇ ਹੋਰ ਸਮਾਜ ਸੇਵਾਵਾਂ ਵਿੱਚ ਹਿੱਸਾ ਲੈਣ ਦਾ ਬੀੜਾ ਚੁੱਕਿਆ ਹੋਇਆ ਸੀ ਜੋ ਮੇਰਾ ਮੇਰੇ ਉੱਥੋਂ ਜਾਣ ਨਾਲ ਬिखर ਗਿਆ ਸੋਚਦੀ ਸੋਚਦੀ ਨੇ ਘੜੀ ਵੱਲ ਨਜ਼ਰ ਮਾਰੀ ਤਾਂ 10 ਵੱਜ ਚੁੱਕੇ ਸਨ ਸਵੇਰੇ ਸਕੂਲ ਵੀ ਜਾਣਾ ਸੀ ਅੱਖਾਂ 'ਚ ਨੀਂਦ ਦਾ ਨਾਂ ਨਿਸ਼ਾਨ ਤੱਕ ਨਹੀਂ ਸੀ ਮੈਂ ਸੌਣ ਦੀ ਨਾਕਾਮ ਕੋਸ਼ਿਸ਼ ਵਿੱਚ ਪਟਕ ਰਹੀ ਸੀ ਕਿ ਮਨਵੀਰ ਦੀ ਕੈਂਪ ਵਾਲੀ ਘਟਨਾ ਦੀ ਰੀਲ ਦਿਮਾਗ 'ਚ ਘੁੰਮਣ ਲੱਗ ਪਈ। ਜਿਸ ਸਾਲ ਮੈਂ ਚਾਰ ਗੁਰਦੁਆਰਿਆਂ ਦੇ ਕੈਂਪਾਂ 'ਚ ਹਿੱਸਾ ਲਿਆ ਸੀ, ਮਨਵੀਰ ਵੀ ਉਸ ਵਕਤ ਇੱਕ ਗੁਰਦੁਆਰੇ ਦੇ ਕੈਂਪ 'ਚ ਰਜਿਸਟਰ ਹੋਇਆ ਸੀ। ਉਸ ਘਟਨਾ ਤੋਂ ਬਾਅਦ ਮੈਂ ਕਦੇ ਵੀ ਮੁੜ ਕੇ ਉਸ ਗੁਰਦੁਆਰੇ 'ਚ ਸੇਵਾ ਕਰਨ ਜਾਂ ਆਪਣੇ ਬੱਚੇ ਲੈ ਕੇ ਨਾ ਗਈ। ਕਿਉਂਕਿ ਮਨਵੀਰ ਨਾਲ ਹੋਈ ਘਟਨਾ ਦੀ ਮੇਰੇ ਦਿਲ ਵਿੱਚ ਸਖਤ ਨਾਰਾਜ਼ਗੀ ਸੀ। ਉਸ ਗੁਰਦੁਆਰੇ 'ਚ ਜਦੋਂ ਕੈਂਪ ਲੱਗਦਾ ਸੀ ਉਦੋਂ ਉਸ ਗੁਰਦੁਆਰੀ ਦੀ ਕਮੇਟੀ ਦੇ ਕੁਝ ਮੈਂਬਰਾਂ ਦਾ ਦੋਸਤ ਤੇ ਰਿਸ਼ਤੇਦਾਰ ਬਜ਼ੁਰਗ ਜੋ ਰਿਟਾਇਰਡ ਫੌਜੀ ਅਫਸਰ ਸੀ ਕੈਂਪ 'ਚ ਬੱਚਿਆਂ ਦੀ ਕਸਰਤ ਕਰਾਉਣ 'ਚ ਮਦਦ ਕਰਦਾ ਸੀ ਉਹਦੇ ਆਪਣੇ ਪੋਤੇ-ਪੋਤੀਆਂ ਵੀ ਕੈਂਪ 'ਚ ਆਉਂਦੇ ਸਨ ਕੈਂਪ ਦੇ ਬੱਚਿਆਂ ਨੂੰ ਉਮਰ ਅਨੁਸਾਰ ਗਰੁੱਪਾਂ 'ਚ ਵੰਡਿਆ ਜਾਂਦਾ ਸੀ ਉਸ ਸਾਲ ਕਮੇਟੀ ਤੇ ਸਕੂਲ ਦੇ ਸਟਾਫ ਦੀ ਸਲਾਹ ਨਾਲ ਬੱਚਿਆਂ ਦੇ 4 ਗਰੁੱਪ ਬਣਾਏ ਗਏ ਜਿਨ੍ਹਾਂ ਦੇ ਨਾਂ ਸਹਿਬਜ਼ਾਦਿਆਂ ਦੇ ਨਾਂ ਹੀ ਠਾਂ ਰੱਖੇ ਗਏ ਸਭ ਤੋਂ ਵੱਡੇ ਬੱਚਿਆਂ ਦੇ ਗਰੁੱਪ ਦਾ ਨਾਂ ਸਹਿਬਜ਼ਾਦਾਜੀਤ ਸਿੰਘ ਰੱਖਿਆ ਗਿਆ ਦੂਸਰੇ ਗਰੁੱਪ ਦਾ ਨਾਂ ਸਹਿਬਜ਼ਾਦਾ ਜ਼ੋਰਾਵਰ ਸਿੰਘ ਤੀਸਰੇ ਦਾ ਸਹਿਬਜ਼ਾਦਾ ਜੁਝਾਰ ਸਿੰਘ ਤੇ ਚੌਥੇ ਗਰੁੱਪ ਦਾ ਨਾਂ ਸਹਿਬਜ਼ਾਦਾ ਫਤੇ ਸਿੰਘ ਰੱਖਿਆ ਮਨਵੀਰ ਸਹਿਬਜ਼ਾਦਾ ਜ਼ੋਰਾਵਰ ਸਿੰਘ ਦੇ ਗਰੁੱਪ ਵਿੱਚ ਸੀ ਬੱਚਿਆਂ ਕੋਲੋਂ ਕੈਂਪ ਵਾਸਤੇ ਹਫ਼ਤੇ ਦੀ 25 ਡਾਲਰ ਫੀਸ ਲਈ ਜਾਂਦੀ ਸੀ ਤੇ ਉਸ ਫੀ ਸਵੀਟਨ ਬੱਚਿਆਂ ਨੂੰ ਟਰੋਫੀਆਨ ਸਰਟੀਫਿਕੇਟ ਦੇ ਨਾਲ ਨਾਲ ਸਵੇਰ ਦਾ ਨਾਸ਼ਤਾ ਦੁਪਹਿਰ ਦਾ ਖਾਣਾ ਆਦਵੀ ਦਿੱਤਾ ਜਾਂਦਾ ਸੀ ਬਹੁਤ ਸਾਰੇ ਦਾਨੀ ਲੋਕ ਵੀ ਕੈਂਪ ਦੇ ਦੌਰਾਨ ਮਾਇਕ ਸਹਾਇਤਾ ਕਰ ਦਿੰਦੇ ਸਨ ਕੈਂਪ ਦਾ ਦੂਸਰਾ ਦਿਨ ਸੀ ਸਵੇਰ ਵੇਲੇ ਅਸੈਂਬਲੀ ਤੋਂ ਬਾਅਦ ਸਾਰੇ ਬੱਚੇ ਲੰਗਰ ਹਾਲ 'ਚ ਨਾਸ਼ਤਾ ਕਰ ਰਹੇ ਸਨ ਕੁਝ ਬੱਚੇ ਚੁੱਪਚਾਪ ਖਾਣਾ ਖਾ ਰਹੇ ਸਨ ਤੇ ਕੁਝ ਗੱਲਾਂ ਕਰ ਰਹੇ ਸਨ ਕੁਝ ਕੁ ਸਕੂਲ ਦੇ ਸਟਾਫ ਦੇ ਮੈਂਬਰਾਂ ਨਾਲ ਸੇਵਾਦਾਰ ਵੀ ਬੱਚਿਆਂ ਨੂੰ ਸੰਭਾਲਨ ਤੇ ਹਦਾਇਤਾਂ ਦੇਣ ਦਾ ਕੰਮ ਕਰ ਰਹੇ ਸਨ ਅਚਾਨਕ ਮੇਰੇ ਸਾਹਮਣੇ 10-11 ਸਾਲ ਦੇ ਬੱਚੇ ਦੇ ਮੂੰਹ ਤੇ ਉਸ ਫੌਜੀ ਬਜ਼ੁਰਗ ਨੇ ਨੀਵੇਂ ਹੋ ਕੇ ਤਾੜ ਕਰਦਾ ਥੱਪੜ ਮਾਰਦਿਆਂ ਹੋਇਆਂ ਤਾੜਨਾ ਕੀਤੀ ਤੈਨੂੰ ਪਤਾ ਨਹੀਂ ਲੰਗਰ ਹਾਲਚ ਬੋਲੀਦਾ ਨਹੀਂ ਹੁੰਦਾ ਕਹਿੰਦਾ ਹੋਇਆ ਅੱਗੇ ਤੁਰ ਗਿਆ ਮਨਵੀਰ ਉਸ ਵਕਤ ਡੋਨਟ ਖਾ ਰਿਆ ਸੀ ਤੇ ਗਲਤੀ ਤੇ ਥੱਪੜ ਪੈਣ ਨਾਲ ਉਹਦਾ ਡੋਨਟ ਹੱਥੋਂ ਛੁੱਟ ਕੇ ਉਹਦੇ ਮੂੰਹਰੇ ਧਰਤੀ ਤੇ ਜਾ ਡਿੱਗਾ ਤੇ ਅੱਖਾਂ 'ਚ ਪਰਲ ਪਰਲ ਕਰਦੇ ਹੰਝੂ ਵਗਣ ਲੱਗ ਪਏ। ਮੈਂ ਵੀ ਉਸ ਵੇਲੇ ਮਨਵੀਰ ਦੀ ਅਗਲੀ ਲਾਈਨ 'ਚ ਬੈਠੀ ਬੱਚਿਆਂ ਨਾਲ ਨਾਸ਼ਤਾ ਕਰ ਰਹੀ ਸੀ। ਕਿਉਂਕਿ ਗਰੁੱਪੋ ਦੇ ਇੰਚਾਰਜਾਂ ਨੂੰ ਵੀ ਬੱਚਿਆਂ ਦੇ ਨਾਲ ਹੀ ਨਾਸ਼ਤਾ ਕਰਨ ਲਈ ਕਿਹਾ ਗਿਆ ਸੀ। ਉਹਨੂੰ ਰੋਂਦਿਆਂ ਵੇਖ ਕੇ ਮੈਂ ਆਪਣਾ ਖਾਣਾ ਵਿੱਚੇ ਛੱਡ ਕੇ ਕੋਲ ਜਾ ਕੇ ਉਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਖਾਣਾ ਖਾਣ ਲਈ ਵੀ ਆਖਿਆ। ਪਰ ਉਹਨੇ ਕੁਝ ਨਾ ਖਾਧਾ। ਨਾਸ਼ਤੇ ਤੋਂ ਬਾਅਦ ਬੱਚੇ ਆਪਣੇ ਆਪਣੇ ਗਰੁੱਪਾਂ ਵਾਲੇ ਕਮਰਿਆਂ ਵਿੱਚ ਚਲੇ ਗਏ। ਮੈਂ ਸੈਭ ਜ਼ਾਦਾ ਜੋਰਾਵਰ ਸਿੰਘ ਦੇ ਗਰੁੱਪ ਦੀ ਇੰਚਾਰਜ ਸੀ ਮੇਰੇ ਗਰੁੱਪ ਚ 50 ਤੋਂ ਵੱਧ ਬੱਚੇ ਸਨ ਮੈਂ ਜਦੋਂ ਸਾਰਿਆਂ ਬੱਚਿਆਂ ਦੀ ਹਾਜ਼ਰੀ ਲਗਾਈ ਸਾਰੇ ਬੱਚੇ ਖੁਸ਼ ਤੇ ਉਤਸ਼ਾਹਤ ਨਜ਼ਰ ਆ ਰਹੇ ਸਨ ਪਰ ਮਨਵੀਰ ਉਦਾਸ ਤੇ ਨਿਮੀ ਪਾ ਕੇ ਆਪਣੇ ਤੋਂ ਉੱਚੇ ਬੱਚੇ ਦੇ ਉੱਲੇ ਹੋ ਕੇ ਬੈਠਾ ਸੀ ਜਿਵੇਂ ਉਹ ਆਪਣੇ ਆਪ ਨੂੰ ਛੁਪਾ ਰਿਹਾ ਹੋਵੇ ਦੇਖ ਕੇ ਮੇਰੇ ਮਨ ਨੂੰ ਬਹੁਤ ਥੇਸ ਜੀ ਲੱਗੀ ਤੇ ਸੋਚਿਆ ਕਿ ਉਸ ਫੌਜੀ ਬਜ਼ੁਰਗ ਨੇ ਚੰਗਾ ਨਹੀਂ ਕੀਤਾ ਕਿਉਂਕਿ ਕਿਸੇ ਬੱਚੇ ਨੂੰ ਜਨਤਕ ਤੌਰ ਤੇ ਮਾਰਨਾ ਜਾਂ ਉਹਦੀ ਬੇਇੱਜ਼ਤੀ ਕਰਨ ਨਾਲ ਉਹਦੀ ਆਉਣ ਵਾਲੀ ਜ਼ਿੰਦਗੀ ਜਾਂ ਸ਼ਖਸੀਅਤ ਤੇ ਬੁਰਾ ਅਸਰ ਵੀ ਪੈ ਸਕਦਾ ਹੈ ਨਾਲੇ ਬੱਚਿਆਂ ਤੋਂ ਇੱਜ਼ਤ ਮਾਣ ਦੀ ਆਸਤਾ ਤਾਂ ਹੀ ਰੱਖੀ ਜਾ ਸਕਦੀ ਹੈ ਜੇਕਰ ਅਸੀਂ ਉਹਨਾਂ ਦੀ ਪਹਿਲਾਂ ਇੱਜ਼ਤ ਕਰਾਂਗੇ ਹਾਜ਼ਰੀ ਤੋਂ ਬਾਅਦ ਬੱਚਿਆਂ ਦਾ ਪਹਿਲਾ ਪੀਰੀਅਡ ਵਿਜ਼ਿਟਰ ਲੈਕਚਰ ਦਾ ਸੀ ਜੋ ਟਾਵਾ ਤੋਂ ਆਇਕ 6 ਸਕਾਲਰ ਨੇ ਲੈਣਾ ਸੀ ਸਾਰੇ ਬੱਚੇ ਉਸ ਲੈਕਚਰ ਦੇ ਦੌਰਾਨ ਪੂਰੀ ਤਰ੍ਹਾਂ ध्यान दे रहे सन ते पूरी तरह प्रश्न पूछ के हिस्सा ले रहे सन मनवीर ਦਾ ਮੁਰਝਾਇਆ ਚਿਹਰਾ ਦੇਖ ਕੇ ਮੈਂ ਉਹਨੂੰ ਆਪਣੇ ਕੋਲ ਬੁਲਾਇਆ ਤੇ ਕਮਰੇ ਤੋਂ ਬਾਹਰ ਲੈ ਗਈ ਉਹਦੀਆਂ ਅੱਖਾਂ 'ਚ ਇੱਕ ਵਾਰ ਫੇਰ ਹੰਝੂ ਵਹਿ ਤੁਰੇ ਅੱਖਾਂ ਪੂੰਝਦਾ ਹੋਇਆ ਬੋਲਿਆ ਮੇਰੇ ਕੋਲ ਬੈਠਾ ਉਸ ਬਾਬੇ ਦਾ ਪੋਤਾ ਵੀ ਤਾਂ ਗੱਲਾਂ ਕਰਦਾ ਸੀ ਉਹਨੇ ਆਪਣੇ ਪੋਤੇ ਦੇ ਚਪੇਟ ਕਿਉਂ ਨਹੀਂ ਮਾਰੀ ਹੁਣ ਵੀ ਮੈਨੂੰ ਚੁੱਪ ਕਰਨ ਲਈ ਕਹਿ ਦਿੰਦਾ ਮੈਂ ਕਿਹਾ ਮਨਵੀਰ ਪੁੱਤਰ ਤੂੰ ਉਦਾਸ ਨਾ ਹੋ ਮੈਂ ਤੇਰੇ ਬਾਬੇ ਤੇਰੇ ਬਾਰੇ ਕਮੇਟੀ ਦੇ ਮੈਂਬਰਾਂ ਨਾਲ ਜ਼ਰੂਰ ਗੱਲ ਕਰਾਂਗੇ ਉਹ ਜ਼ਰੂਰ ਬਾਬੇ ਨੂੰ ਪੁੱਛਣਗੇ ਤਾਂ ਹੁਣ ਧਿਆਨ ਨਾਲ ਪੜ ਤੇ ਆਪਾਂ ਲੰਚ ਤੋਂ ਪਹਿਲਾਂ ਵਾਲੀ 15 ਮਿੰਟ ਦੀ ਬ੍ਰੇਕ ਸਮੇਂ ਕਮੇਟੀ ਦੇ ਦਫ਼ਤਰ ਜਾ ਕੇ ਗੱਲ ਕਰਾਂਗੇ ਉਹ ਜਾ ਕੇ ਆਪਣੇ ਗਰੁੱਪ 'ਚ ਬੈਠ ਗਿਆ ਮੈਂ 15 ਮਿੰਟ ਦੀ ਬ੍ਰੇਕ ਹੁੰਦਿਆਂ ਸਾਰ ਮਨਵੀਰ ਨੂੰ ਨਾਲ ਲੈ ਕੇ ਕਮੇਟੀ ਦੇ ਦਫ਼ਤਰ ਵੱਲ ਤੁਰ ਪਈ ਦਫ਼ਤਰ 'ਚ ਕਮੇਟੀ ਦਾ ਪ੍ਰਧਾਨ ਦੋ ਹੋਰ ਮੈਂਬਰ ਤੇ ਉਹ ਫੌਜੀ ਬਜ਼ੁਰਗ ਵੀ ਬੈਠਾ ਸੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਉਹਨਾਂ ਨਾਲ ਮਨਵੀਰ ਬਾਰੇ ਗੱਲ ਕਰਨੀ ਚਾਹੁੰਦੀ ਹਾਂ ਕਮੇਟੀ ਦਾ ਪ੍ਰਧਾਨ ਬੋਲਿਆ ਸਾਨੂੰ ਪਹਿਲਾਂ ਹੀ ਸਾਡੇ ਬਜ਼ੁਰਗ ਨੇ ਦੱਸ ਦਿੱਤਾ ਹੈ ਕਿ ਜਦੋਂ ਉਹਨੇ ਇਸ ਮੁੰਡੇ ਨੂੰ ਚੁੱਪ ਕਰਾਉਣ ਲਈ ਦਬਕਿਆ ਤਾਂ ਤੂੰ ਉਹਨੂੰ ਪੁੱਛ-ਪੁੱਛ ਕਰਨ ਲੱਗ ਪਈ ਸੀ ਮੇਰੇ ਮੂੰਹੋਂ ਨਿਕਲੇ ਸਿਰਫ ਦਬਕਿਆ ਨਹੀਂ ਮੈਨੂੰ ਸਾਰੀ ਗੱਲ ਦੱਸ ਲੈਣ ਦਿਓ ਗੁਰਦੁਆਰੇ ਦੇ ਪ੍ਰਧਾਨ ਨਾਲ ਦੂਸਰੇ ਕਮੇਟੀ ਮੈਂਬਰ ਵੀ ਬੋਲ ਪਏ ਕਿ ਸਾਨੂੰ ਪਹਿਲਾਂ ਹੀ ਸਾਰੇ ਮਾਮਲੇ ਦਾ ਪਤਾ ਹੈ ਤੈਨੂੰ ਦੋਰ ਪਾਉਣ ਦੀ ਲੋੜ ਨਹੀਂ ਤੇ ਪ੍ਰਧਾਨ ਦਬਕਾ ਮਾਰ ਕੇ ਮਨਵੀਰ ਨੂੰ ਕਹਿਣ ਲੱਗਾ ਚੱਲ ਮੁੰਡਿਆ ਬਾਬੇ ਕੋਲੋਂ ਮਾਫੀ ਮੰਗ ਮਨਵੀਰ ਤੱਕ ਕੁਝ ਨਾ ਬੋਲਿਆ ਮੈਂ ਕਿ ਇਹ ਕਿਹੜਾ ਇਨਸਾਫ ਹੈ ਤੇ ਨਾਲ ਹੀ ਮੇਰੀਆਂ ਅੱਖਾਂ 'ਚ ਮੋٹے ਮੋٹے ਹੰਝੂ ਵਹਿ ਤੁਰੇ ਮੈਂ ਉਹਨਾਂ ਤੋਂ ਆਪਣੇ ਹੰਝੂਆਂ ਨੂੰ ਛੁਪਾਉਂਦੀ ਮਨਵੀਰ ਦੀ ਉਂਗਲ ਫੜ ਕੇ ਦਫ਼ਤਰ ਤੋਂ ਬਾਹਰ ਹੋ ਗਈ ਮੈਨੂੰ ਮਹਿਸੂਸ ਹੋਇਆ ਜਿਵੇਂ ਇੱਕ ਵਾਰ ਫੇਰ ਇੱਕ ਹੋਰ ਸਾਬ ਜ਼ਾਦੇ ਨੂੰ ਸੂਬਿਆਂ ਦੀ ਕਚਹਿਰੀ ਵਿੱਚ ਸਜ਼ਾ ਸੁਣਾਈ ਗਈ ਹੋਵੇ ਫਿਰ ਸੋਚਿਆ ਇਹ ਬੀਬੀਆਂ ਦਾੜੀਆਂ ਵਾਲੇ ਸੂਬੇ ਤਾਂ ਸਾਡੇ ਆਪਣੇ ਹਨ ਤੇ ਸਿੱਖੀ ਸਰੂਪ ਚ ਹਨ ਮੇਰੀ ਬੇਵਸੀ ਬਾਰੇ ਮਨਵੀਰ ਭਾਵੇਂ ਕੁਝ ਨਾ ਬੋਲਿਆ ਪਰ ਮਹਿਸੂਸ ਜ਼ਰੂਰ ਕਰ ਰਿਹਾ ਸੀ ਸਾਰਾ ਦਿਨ ਮਨਵੀਰ ਦੇ ਨਾਲ ਨਾਲ ਮੇਰਾ ਵੀ ਉਦਾਸੀ ਭਰਿਆ ਬੀਤਿਆ ਉਸ ਤੋਂ ਬਾਅਦ ਮਨਵੀਰ ਕੈਂਪ ਵਿੱਚ ਨਾ ਆਇਆ ਤੇ ਮੇਰਾ ਵੀ ਉਸ ਗੁਰਦੁਆਰੇ 'ਚ ਸੇਵਾ ਕਰਨ ਦਾ ਆਖਰੀ ਸਾਲ ਹੋ ਨਿਬੜਿਆ ਦੂਸਰੇ ਦਿਨ ਮੈਂ ਹਾਜ਼ਰੀ ਰਜਿਸਟਰ ਤੋਂ ਮਨਵੀਰ ਦਾ ਫੋਨ ਨੰਬਰ ਲੈ ਕੇ ਉਹਦੇ ਘਰ ਫੋਨ ਕੀਤਾ ਉਹਦੀ ਮੰਮੀ ਨੇ ਫੋਨ ਚੁੱਕਿਆ ਕਹਿਣ ਲੱਗੀ ਮਨਵੀਰ ਨੂੰ ਰਾਤ ਦਾ ਬਹੁਤ ਬੁਖਾਰ ਚੜਿਆ ਹੋਇਆ ਉਹ ਬਹੁਤ ਡਰਿਆ ਹੋਇਆ ਤੇ ਇਹਨੇ ਸਾਨੂੰ ਸਭ ਕੁਝ ਦੱਸ ਦਿੱਤਾ ਜੋ ਕੁਝ ਕੱਲ ਉਸ ਨਾਲ ਗੁਰਦੁਆਰੇ 'ਚ ਹੋਇਆ ਇਸ ਕਰਕੇ ਉਹਨੇ ਕੈਂਪ 'ਚ ਨਹੀਂ ਆਉਣਾ ਮੈਂ ਪੁੱਛਿਆ ਕਿ ਤੁਸੀਂ ਇਹਦੀ ਸ਼ਿਕਾਇਤ ਕਰਨ ਜਾਂ ਇੱਥੇ ਆ ਕੇ ਇਹਨਾਂ ਨੂੰ ਪੁੱਛਣਾ ਚਾਹੁੰਦੇ ਹੋ ਉਹ ਬੋਲੀ ਇਹ ਲੋਕ ਸਾਡੇ ਸਾਹਮਣੇ ਦੇ ਨਹੀਂ ਹਨ ਇਹਨਾਂ ਨੂੰ ਤਾਂ ਪਰਮਾਤਮਾ ਹੀ ਸਜ਼ਾ ਦੇ ਸਕਦਾ ਹੈ ਇੱਕ ਵਾਰ ਫਿਰ ਬੇਵੱਸੀ ਦੀ ਹਾਲਤ ਵਿੱਚ ਮੈਂ ਅਫਸੋਸ ਜ਼ਾਹਰ ਕਰਦੀ ਹੋਈ ਨਹੀਂ ਟੈਲੀਫੋਨ ਬੰਦ ਕਰ ਦਿੱਤਾ ਤੇ ਆ ਕੇ ਆਪਣੇ ਬੱਚਿਆਂ ਦੇ ਗਰੁੱਪ ਵਿੱਚ ਹਾਜ਼ਰ ਹੋ ਗਈ ਬਾਕੀ ਦੇ ਰਹਿੰਦੇ ਦਿਨ ਵੀ ਮਨ ਮਾਰ ਕੇ ਕੈਂਪ ਵਿੱਚ ਸੇਵਾ ਕਰਦੀ ਰਹੀ ਸੋਚਦੇ ਆਂ ਸੋਚਦੇ ਆਂ ਪਤਾ ਨਹੀਂ ਕਦੋਂ ਮੇਰੀ ਅੱਖ ਲੱਗ ਗਈ ਰਾਤ ਨੂੰ ਸੁਪਨੇ 'ਚ ਇੱਕ ਵਾਰ ਫੇਰ ਉਹਨਾਂ ਆਪਣੇ ਸੂਬਿਆਂ ਦੀ ਕਚਹਿਰੀ 'ਚ ਪਹੁੰਚ ਗਈ ਜਿੱਥੇ ਮੈਂ ਇੱਕ ਵਾਰ ਫੇਰ ਬੇਵੱਸੀ ਦੀ ਹਾਲਤ ਵਿੱਚ ਮਨਵੀਰ ਨੂੰ ਇਨਸਾਫ਼ ਨਾ ਦਿਵਾ ਸਕੀ ਧੰਨਵਾਦ